ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਆਗੂ ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਹੋ ਗਿਆ। ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਸੇਵਾ ਸਿੰਘ ਸੇਖਵਾਂ, ਹਾਲ ਹੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ, ਜੋ ਬਤੌਰ ਬਕਾਇਦਾ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਪਹੁੰਚੇ ਸੀ ਗੁਰਦਾਸਪੁਰ। ਸੇਵਾ ਸਿੰਘ ਸੇਖਵਾਂ ਦਾ ਪਾਰਟੀ ਦੇ ਵਿੱਚ ਵੈਲਕਮ ਕਰਨ ਦੇ ਲਈ, ਤੁਹਾਨੂੰ ਦੱਸ ਦਈਏ ਕਿ ਬਾਦਲ ਸਰਕਾਰ ਦੇ ਸਮੇਂ ਸੇਵਾ ਸਿੰਘ ਸੇਖਵਾਂ ਮੰਤਰੀ ਰਹੇ ਅਤੇ ਉਹਨਾਂ ਦੇ ਦੇਹਾਂਤ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਤਮਾਮ ਸਿਆਸੀ ਆਗੂਆਂ ਦੇ ਵੱਲੋਂ ਦੁੱਖ ਜਤਾਇਆ ਗਿਆ ਹੈ। ਤਾਂ ਆਮ ਆਦਮੀ ਪਾਰਟੀ ਦੇ ਵਿੱਚ ਹਾਲ ਹੀ ਦੇ ਵਿੱਚ ਸ਼ਾਮਲ ਹੋਏ ਸਨ, ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ, ਪਰ ਬਾਦਲ ਪਰਿਵਾਰ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਲੀਡਰਾਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਸੇਵਾ ਸਿੰਘ ਸੇਖਵਾਂ ਦਾ ਨਾਮ ਸੀ। ਉਸ ਤੋਂ ਬਾਅਦ ਜਦੋਂ ਵੱਖ ਹੋਏ, ਚਾਹੇ ਉਹ ਸੇਵਾ ਸਿੰਘ ਸੇਖਵਾਂ ਹੋਣ, ਰਣਜੀਤ ਸਿੰਘ ਬ੍ਰਹਮਪੁਰਾ ਹੋਣ ਜਾਂ ਸੁਖਦੇਵ ਸਿੰਘ ਢੀਂਡਸਾ ਹੋਣ, ਤਾਂ ਸੇਖਵਾਂ ਅਤੇ ਬ੍ਰਹਮਪੁਰਾ ਹੋਣ ਵੱਲੋਂ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਸੀ। ਅਤੇ ਉਸ ਤੋਂ ਬਾਅਦ ਉਹ ਸੇਵਾ ਸਿੰਘ ਸੇਖਵਾਂ ਬ੍ਰਹਮਪੁਰਾ ਅਤੇ ਜਿਹੜਾ ਹੁਣ ਹਾਲ ਹੀ ਦੇ ਵਿੱਚ ਅਕਾਲੀ ਦਲ ਸੰਯੁਕਤ ਬਣਾਇਆ ਗਿਆ। ਹਾਲਾਂਕਿ ਇਸ ਸਭ ਦੇ ਵਿਚਾਲੇ ਸੇਵਾ ਸਿੰਘ ਸੇਖਵਾਂ ਦੇ ਵੱਲੋਂ ਰੁੱਖ ਕਰ ਲਿਆ ਗਿਆ ਆਮ ਆਦਮੀ ਪਾਰਟੀ ਦਾ। ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁੱਖ ਕਰਦੇ ਹਾਂ ਅਤੇ ਗੱਲ ਲਖੀਮਪੁਰ ਕਾਂਡ ਦੀ ਹੋਵੇਗੀ। ਸਿਆਸਤਦਾਨ ਇਸ ਸਮੇਂ ਲਖੀਮਪੁਰ ਦਾ ਰੁੱਖ ਕਰ ਰਹੇ ਨੇ, ਸਿਆਸੀ ਤੀਰਥ ਜ਼ਰੂਰ ਬਣਿਆ ਹੋਇਆ ਲਖੀਮਪੁਰ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਲਖੀਮਪੁਰ ਪਹੁੰਚ ਚੁੱਕੇ ਨੇ ਅਤੇ ਉਹਨਾਂ ਨੇ ਮ੍ਰਿਤਕ ਕਿਸਾਨ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਇਸ ਦੌਰਾਨ ਸੀਐਮ ਚੰਨੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਫਦ ਨੇ ਵੀ ਮ੍ਰਿਤਕ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਰਾਘਵ ਚੱਡਾ ਨੇ ਪੀੜਤ ਕਿਸਾਨ ਦੇ ਪਰਿਵਾਰ ਨਾਲ ਫੋਨ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਗੱਲ ਵੀ ਕਰਵਾਈ ਅਤੇ ਕੇਜਰੀਵਾਲ ਨੇ ਪੀੜਤਾਂ ਨੂੰ ਹਰ ਮੁਮਕਿਨ ਮਦਦ ਦਾ ਭਰੋਸਾ ਵੀ ਦਿੱਤਾ। ਉਦੋਂ ਲਖੀਮਪੁਰ ਖੀਰੀ ਦੇ ਵਿੱਚ ਮਾਰੇ ਗਏ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਫਦ ਨੇ ਮੁਲਾਕਾਤ ਕੀਤੀ। ਰਾਘਵ ਚੱਡਾ, ਸੰਜੇ ਸਿੰਘ, ਹਰਪਾਲ ਚੀਮਾ, ਬਲਜਿੰਦਰ ਕੌਰ, ਅਮਰਜੀਤ ਸੰਧੂਆ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ, ਗਮ ਦੇ ਵਿੱਚ ਡੁੱਬੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਵੰਡਾਇਆ। ਤਾਂ ਸਿਆਸਤਦਾਨ ਕਿਤੇ ਨਾ ਕਿਤੇ ਜ਼ਰੂਰ ਪਹੁੰਚ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਲਖੀਮਪੁਰ ਖੀਰੀ ਦੇ ਵਿੱਚ ਮਾਰੇ ਗਏ ਕਿਸਾਨ ਲਵਪ੍ਰੀਤ ਦੇ ਪਰਿਵਾਰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਸੰਤੁਸ਼ਟ ਨੇ, ਪ੍ਰਸ਼ਾਸਨ ਉਹਨਾਂ ਦੀ ਮਦਦ ਕਰ ਰਿਹਾ ਹੈ। ਇਸ ਲਈ ਉਹ ਸਿਆਸੀ ਧਿਰਾਂ ਨੂੰ ਅਪੀਲ ਕਰਦੇ ਨੇ ਕਿ ਇਸ ਮਾਮਲੇ 'ਚ ਰਾਜਨੀਤੀ ਨਾ ਕੀਤੀ ਜਾਵੇ। ਮੇਰਾ ਬੱਚਾ ਭਾਈ ਲਵਪ੍ਰੀਤ ਸਿੰਘ ਇਸ ਕਿਸਾਨੀ ਅੰਦੋਲਨ ਕੇ ਸੰਘਰਸ਼ ਮੇਂ ਸ਼ਹੀਦ ਹੁਆ ਹੈ, ਤੋ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਜੋ ਉਸ ਪੇ ਸਟੈਂਡ ਲਿਆ ਹੈ, ਹਮ ਉਸਕਾ ਸਨਮਾਨ ਕਰਤੇ ਹੈ, ਔਰ ਸ਼ਾਸਨ ਪ੍ਰਸ਼ਾਸਨ ਨੇ ਜੋ ਹਮਾਰਾ ਸਹਿਯੋਗ ਕੀਆ ਹੈ ਹਰ ਪ੍ਰਕਾਰ ਕਾ, ਹਮ ਉਸਕਾ ਬਹੁਤ ਬਹੁਤ ਧੰਨਵਾਦ ਕਰਤੇ ਹੈ। ਜੋ ਆਰਥਿਕ ਸਹਾਇਤਾ ਕੀ ਗਈ ਹੈ, ਹਮ ਉਸਕਾ ਵੀ ਸਨਮਾਨ ਕਰਤੇ ਹੈ ਔਰ ਧੰਨਵਾਦ ਕਰਤੇ ਹੈ। ਔਰ ਜੋ ਐਸੇ ਤੱਤਵ ਇਸ ਘਟਨਾ ਕਾ ਰਾਜਨੀਤਿਕ ਲਾਭ ਲੈਣਾ ਚਾਹਤੇ ਹੈ, ਉਨਸੇ ਨਿਵੇਦਨ ਹੈ ਕਿ ਇਸ ਦੁੱਖ ਕੀ ਘੜੀ ਮੈਂ ਇਸ ਘਟਨਾ ਕਾ ਰਾਜਨੀਤਿਕ ਲਾਭ ਨਾ ਲਿਆ ਜਾਏ ਔਰ ਕਿਸੀ ਕੋ ਪਰੇਸ਼ਾਨ ਨਾ ਕੀਆ ਜਾਏ, ਸਭੀ ਸੇ ਮੇਰੀ ਇਹੀ ਪ੍ਰਾਰਥਨਾ ਹੈ। ਉਦੋਂ ਲਖੀਮਪੁਰ ਹਿੰਸਾ ਤੋਂ ਮਿਲੇ ਜ਼ਖਮਾਂ 'ਤੇ ਮੁਆਵਜ਼ੇ ਦਾ ਮੱਲਮ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਯੂਪੀ ਤੋਂ ਬਾਅਦ ਹੁਣ ਪੰਜਾਬ ਅਤੇ ਛੱਤੀਸਗੜ੍ਹ ਦੀ ਸਰਕਾਰ ਨੇ ਵੀ ਪੀੜਤ ਪਰਿਵਾਰਾਂ ਦੇ ਲਈ 50-50 ਲੱਖ ਦੀ ਮਦਦ ਦਾ ਐਲਾਨ ਕਰ ਦਿੱਤਾ ਹੈ, ਪਰ ਬੀਜੇਪੀ ਨੇ ਇਸ ਮਦਦ 'ਤੇ ਸਵਾਲ ਚੁੱਕੇ। ਲਖੀਮਪੁਰ ਹਿੰਸਾ ਮਾਮਲੇ ਦੇ ਵਿੱਚ ਰੱਜ ਕੇ ਸਿਆਸਤ ਹੋ ਰਹੀ ਹੈ। ਯੂਪੀ ਦਾ ਲਖੀਮਪੁਰ ਫਿਲਹਾਲ ਸਿਆਸਤ ਦਾ ਕੇਂਦਰ ਬਣਿਆ ਹੋਇਆ ਹੈ। ਹਿੰਸਾ ਦੀ ਅੱਗ ਤੋਂ ਬਾਅਦ ਪੀੜਤਾਂ ਦੇ ਜ਼ਖਮਾਂ ਤੇ ਮਰਹਮ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਯੂਪੀ ਸਰਕਾਰ ਤੋਂ ਬਾਅਦ ਹੁਣ ਪੰਜਾਬ ਤੇ ਛੱਤੀਸਗੜ੍ਹ ਦੀ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਨਾਲ ਦਿੱਲੀ ਤੋਂ ਲਖੀਮਪੁਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਪੰਜ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਜੋ ਕਿਸਾਨ ਜਿਨਕੋ ਕਾਤਲਾਨਾ ਹਮਲਾ ਕਰਕੇ ਮਾਰਾ ਗਿਆ ਹੈ, ਜੋ ਸ਼ਹੀਦ ਹੋਏ ਹੈ, ਉਨਕੇ ਸਾਥ ਉਨਕੇ ਪਰਿਵਾਰ ਕੇ ਸਾਥ ਹਮ ਖੜੇ ਹੋਂ। ਸੋ ਮੈਂ ਪੰਜਾਬ ਸਰਕਾਰ ਕੀ ਤਰਫ ਸੇ ਜੋ ਮਾਰੇ ਗਏ ਹੈ ਉਨਕੇ ਪਰਿਵਾਰੋਂ ਕੋ 50 ਲੱਖ ਰੁਪਇਆ ਪਰ ਫੈਮਿਲੀ ਇਨਕਲੂਡਿੰਗ ਪੱਤਰਕਾਰ ਜਿਨਕੋ ਮਾਰਾ ਗਿਆ ਹੈ, ਇਨ ਸਭ ਲੋਕੋਂ ਕੋ 50 ਲੱਖ ਰੁਪਏ ਪਰ ਫੈਮਿਲੀ ਹਮ ਪੰਜਾਬ ਸਰਕਾਰ ਕੀ ਤਰਫ ਸੇ ਦੇਂਗੇ। ਛੱਤੀਸਗੜ੍ਹ ਸਰਕਾਰ ਕੀ ਓਰ ਸੇ ਪ੍ਰਤੀਕ ਪਰਿਵਾਰ ਕੋ ਪ੍ਰਤੀਕ ਕਿਸਾਨ ਕੋ 50 ਲੱਖ ਰੁਪਏ, ਜਿਸਕੇ ਪਰਿਵਾਰ
में अपने सदस्य को खोया है और साथ ही उस पत्रकार के परिवार को भी 50 लाख रुपया देने की छत्तीसगढ़ सरकार की ओर से घोषणा कर। दोवें सूबे वालों किए मुआवजे के ऐलान नूं बीजेपी ने कांग्रेस की सियासत दस्या है। पंजाब बीजेपी के प्रधान अश्विनी शर्मा ने सवाल पूछा कि आखिर यह मदद किसनों दी जा रही है, कि यह मदद सिर्फ मृतक किसानों के परिवारों नूं दी जा रही है या उन्होंने बीजेपी वर्करां नूं भी जो इस हिंसा दे विच मारे गए ने। आर्थिक मदद अगर तो संवेदनावां दे कारण कर रहे ने जिदी की कांग्रेस कोलों कदी उम्मीद नहीं है, केवल और केवल राजनीति करन लई है। नाले ओ जिहड़ा उन्होंने दे रहे ने किनू दे रहे ने, जिहड़े मरे ने सारे उन्होंने दे रहे ने नौ दे नौ जां की उन्हां दी भूमिका है, ये शंका दे घेरे च जरूर रहिंदी है। पहला लखीमपुर हिंसा नूं लैके सियासत हुई अते हुण पीड़ित परिवारां नूं दित्ते जा रहे मुआवजे नूं लैके भी हर कोई आपो अपने तरीके दे नाल सियासी गोटियां चल रहा है। चंडीगढ़ तों रोहित बंसल दे नाल ब्यूरो रिपोर्ट न्यूज़ 18। एक पासे मुख्यमंत्री चरणजीत सिंह चन्नी, राहुल गांधी, प्रियंका गांधी लखीमपुर पहुंचे ने, तो दूजे पासे नवजोत सिंह सिद्धू भी खूब तैयारी कर रहे हैं लखीमपुर के वल कूच करन दी। चंडीगढ़ के आगुआ ते वर्करां दे नाल नवजोत सिंह सिद्धू ने मुलाकात की। वीरवार के प्रदर्शन लैके रणनीति कड़ी गई। मोहाली तो लखीमपुर तक कांग्रेस के वलों मार्च कढ़िया जाएगा, दावा 10,000 गड्डियां का किया जा रहा कि इस काफले 10,000 गड्डियां हो। लखीमपुर कांड लैके बीजेपी के खिलाफ यह प्रदर्शन किया जाना है, 10,000 गड्डिया दा काफला जाएगा, यह प्रगट सिंह दे वल्लों दावा किया गया है। तो नवजोत सिंह सिद्धू की अगवाई दे विच, क्योंकि सिद्धू ने एक दिन पहला ही ऐलान कर दिया कि जेकर प्रियंका गांधी नूं रिहा नहीं किया जाता तो दूजा जे आशीष मिश्रा नूं गिरफ्तार नहीं किया जाता तो उन्होंने वल्लों कूच किया जाएगा, पंजाब कांग्रेस वल्लों कूच किया जाएगा। तो हुण वीरवार के दिन मोहाली तो लखीमपुर के वल कूच किया जाना है। असी लगभग 10,000 गड्डी का काफला जिहड़ा वो लैके ते लखीमपुर लई जिहड़ा वो जावांगे तां कि जो किसानां नाल बीजेपी सरकार ने कीता उहदे रोस वजो असी उत्थे जिहड़ा जा रहे हैं पंजाब सरकार और पंजाब कांग्रेस वल्लों। 11 बजे काफ़ी पूरे पंजाब दे विचों कोने कोने दे विचों वर्कर साढ़े आ रहे हैं, MLA आ रहे हैं, सारे मंत्री, मुख्यमंत्री साहब, प्रधान जी सारे आ रहे हैं। ते ए कित्थों मोहाली तो केड़ी जगह तो शुरू हो? मोहाली एयरपोर्ट रोड। एयरपोर्ट कोई पर्टिकुलर कोई प्लेस चुनिया गया? वही मोहाली एयरपोर्ट रोड है, उत्थे तो काफ़ी दुनिया होनी है, कारा होनी है, ट्रैक्टर होने ने। ਚਲੋ ਦੇਖਾਂਗੇ ਅਗਲੀ ਗੱਲ ਤੇ ਫਿਰ ਉੱਥੇ ਦੇਖਾਂਗੇ ਧਰਨਾ ਉੱਥੇ ਲਾਵਾਂਗੇ।